ਭੁੱਖ ਨਾ ਲੱਗਣੀ, ਪੇਟ ਦਾ ਚੰਗੀ ਤਰ੍ਹਾਂ ਸਾਫ਼ ਨਾ ਹੋਣਾ, ਖਾਧਾ ਪੀਤਾ ਨਾ ਲੱਗਣਾ, ਮੋਟਾਪਾ, ਕਬਜ਼, ਗੈਸ, ਜਿਨ੍ਹਾਂ ਵੀਰਾਂ ਅਤੇ ਭੈਣਾਂ ਨੂੰ ਇਹ ਸਾਰੀਆਂ ਪ੍ਰੋਬਲਮਸ ਰਹਿੰਦੀਆਂ ਵਾ, ਸਾਰੀਆਂ ਪ੍ਰੋਬਲਮਸ ਵਾਸਤੇ ਇੱਕ ਨੁਸਖਾ ਜਿਹੜਾ ਵਾ ਤੁਹਾਨੂੰ ਜਿਹੜਾ ਦੱਸਣ ਜਾ ਰਹੇ ਹਾਂ, ਜੋ ਤੁਸੀਂ ਬਣਾ ਕੇ ਆਪਣੇ ਘਰ ਰੱਖ ਲਓ। ਲੈਣਾ ਕੀ ਹੋਵੇਗਾ? ਕਾਬਲੀ ਹਰੜ ਜਿਹੜੀ ਆ, ਪੰਜ ਧਾਰੀ ਹਰੜ ਲੈਣੀ ਵਧੀਆ ਪੰਸਾਰੀ ਕੋਲ ਦੇਖ ਕੇ। ਸੌਂਫ 50 ਗ੍ਰਾਮ ਲੈਣੀ ਆ, ਜੀਰਾ 50 ਗ੍ਰਾਮ ਲੈਣਾ ਵਾ। ਜੀਰਾ ਅਤੇ ਸੌਂਫ ਹਲਕੀ ਜਿਹੀ ਅੱਗ 'ਤੇ ਤੁਸੀਂ ਭੁੰਨ ਲੈਣਾ ਵਾ। ਉਸ ਤੋਂ ਬਾਅਦ ਕਾਲਾ ਲੂਣ ਅਤੇ ਅਜਵਾਇਣ ਦੋਵੇਂ 50-50 ਗ੍ਰਾਮ ਲੈ ਕੇ ਸਾਰੀਆਂ ਚੀਜ਼ਾਂ ਨੂੰ ਗਰੈਂਡਰ ਦੇ ਵਿੱਚ ਪੀਸ ਕੇ, ਹਰੜ ਦੀਆਂ ਵਿੱਚੋਂ ਗਿਟਕਾਂ ਕੱਢ ਕੇ ਛਿਲਕਾ ਤੁਸੀਂ ਉਤਾਰ ਲੈਣਾ ਵਾ। ਸਾਰੀਆਂ ਚੀਜ਼ਾਂ ਨੂੰ ਪੀਸ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਇੱਕ ਡੱਬੇ ਦੇ ਵਿੱਚ ਪਾ ਕੇ ਰੱਖ ਲਓ। ਸਵੇਰੇ ਅਤੇ ਸ਼ਾਮ ਜਿਹੜੇ ਬੱਚੇ ਆ ਉਹਨਾਂ ਨੂੰ 10 ਸਾਲ ਤੋਂ ਉੱਪਰ ਬੱਚਿਆਂ ਨੂੰ ਇੱਕ ਚੁਟਕੀ ਤੁਸੀਂ ਸਵੇਰੇ ਸ਼ਾਮ ਖਾਣੇ ਖਾਣ ਤੋਂ ਬਾਅਦ ਦੇ ਸਕਦੇ ਜੇ, ਅਤੇ ਜਿਹੜੇ ਵੱਡੇ ਆਪਣੇ ਵੀਰ ਅਤੇ ਜਿੰਨੀਆਂ ਭੈਣਾਂ ਵਾ ਉਹ ਤੁਸੀਂ ਖਾਣਾ ਖਾਣ ਤੋਂ ਬਾਅਦ ਚਮਚੇ ਦਾ ਤੀਜਾ ਹਿੱਸਾ ਕੋਸੇ ਪਾਣੀ ਨਾਲ ਲੈ ਸਕਦੇ ਜੇ, ਅਤੇ ਤੁਹਾਡਾ ਪੇਟ ਜਿਹੜਾ ਬਿਲਕੁਲ ਖਾਲੀ ਖਾਲੀ ਤੁਹਾਨੂੰ ਮਹਿਸੂਸ ਹੋਊਗਾ। ਖਾਣਾ ਖਾਣ ਤੋਂ ਬਾਅਦ ਜਿਹੜਾ ਅੱਗੇ ਭਰਿਆ ਮਹਿਸੂਸ ਹੁੰਦਾ ਸੀ ਉਹ ਬਿਲਕੁਲ ਹਲਕਾ ਅਤੇ ਖਾਲੀ ਖਾਲੀ ਮਹਿਸੂਸ ਹੋਊਗਾ। ਸੋ ਇਸ ਨੁਸਖੇ ਨੂੰ ਤੁਸੀਂ ਵਰਤੋ ਅਤੇ ਆਪਣੀ ਸਿਹਤ ਜਿਹੜੀ ਆ ਉਹ ਤੰਦਰੁਸਤ ਬਣਾਓ। ਸਾਰੇ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ।